ਪੰਜਾਬੀ ਮਸਲੇ ਚੈਨਲ ਉੱਪਰ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਜੀ। ਦੋਸਤੋ, ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਦੀ ਮੂਸਾ ਜੱਟ ਮੂਵੀ ਨੂੰ ਸੈਂਸਰ ਨਹੀਂ ਮਿਲ ਰਿਹਾ, ਜਿਸ ਕਰਕੇ ਮੂਸਾ ਜੱਟ ਮੂਵੀ ਇੰਡੀਆ ਵਿੱਚ ਰਿਲੀਜ਼ ਨਹੀਂ ਕੀਤੀ ਜਾ ਰਹੀ। ਇਹਨਾਂ ਸਭ ਨੂੰ ਦੇਖਦੇ ਹੋਏ ਰਾਤ ਪਰਮੇਸ਼ ਵਰਮਾ ਆਪਣੇ ਸੋਸ਼ਲ ਮੀਡੀਆ ਉੱਪਰ ਲਾਈਵ ਆਇਆ ਅਤੇ ਸਿੱਧੂ ਮੂਸੇ ਦੀ ਮੂਸਾ ਜੱਟ ਮੂਵੀ ਦੇ ਸੈਂਸਰ ਬਾਰੇ ਕਰ ਗਿਆ ਇਹ ਗੱਲਾਂ ਕਿ ਸਾਨੂੰ ਵੀ ਸੈਂਸਰ ਰੌਕੀ ਮੈਂਟਲ ਮੂਵੀ ਟਾਈਮ ਨਹੀਂ ਸੀ ਮਿਲਿਆ ਅਤੇ ਬਾਅਦ ਵਿੱਚ ਮਿਲ ਗਿਆ ਸੀ ਅਤੇ ਹੋਰ ਕੀ ਕਿਹਾ, ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ। ਜੇਕਰ ਤੁਸੀਂ ਸਿੱਧੂ ਮੂਸੇ ਦੇ ਕੱਟੜ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਮੂਸੇ ਜੱਟ ਬਾਰੇ ਬੋਲੋ, ਸਿੱਧੂ ਨੂੰ ਬਹੁਤ ਬਹੁਤ ਮੁਬਾਰਕਾਂ ਉਹਦੀ ਫਿਲਮ ਦੀਆਂ। ਅੱਜ ਹੀ ਹੁਣੇ 2-4 ਘੰਟੇ ਪਹਿਲਾਂ ਉਹਨੂੰ ਵਿਸ਼ ਦੇ ਕੇ ਹਟਿਆ। ਤੁਸੀਂ ਸਾਰੇ ਜਿੰਨੇ ਸਾਡੇ ਭਰਾ ਇੰਡੀਆ 'ਚ, ਮੇਰੇ ਖਿਆਲ ਨਾਲ ਫਿਲਮ ਬੈਨ ਹੋ ਗਈ, ਉਹ ਵੀ ਰੱਬ ਸੁੱਖ ਰੱਖਿਆ, ਸੈਂਸਰ ਵੀ ਮਿਲ ਜੂਗਾ। ਜਦੋਂ ਸਾਡੀ ਰੌਕੀ ਮੈਂਟਲ ਆਈ ਸੀਗੀ, ਉਹ ਵੀ ਉਹਦਾ ਵੀ ਸੈਂਸਰ ਦਾ ਰੌਲਾ ਪੈ ਗਿਆ ਸੀਗਾ। ਉਹ ਵੀ ਫਰਾਈਡੇ ਦੀ ਥਾਂ 'ਤੇ ਸੈਟਰਡੇ ਰਿਲੀਜ਼ ਹੋਈ ਸੀ, ਉਹਦਾ ਵੀ ਆਪਣਾ ਇਸ਼ੂ ਪੈ ਗਿਆ ਸੀ। ਜਦੋਂ ਵੀ ਕੋਈ ਨਵਾਂ ਬੰਦਾ ਆਉਂਦਾ, ਖਾਸ ਕਰਕੇ ਫਿਲਮਸ ਦੇ ਵਿੱਚ ਆਉਂਦਾ, ਹਮੇਸ਼ਾ ਕੋਈ ਨਾ ਕੋਈ ਇਸ਼ੂ ਜ਼ਰੂਰ ਹੋ ਜਾਂਦਾ, ਕਿਉਂਕਿ ਤੁਹਾਨੂੰ ਆਪਣਾ ਜਿਵੇਂ ਕਿਸੇ ਵੀ ਇੰਡਸਟਰੀ ਤੁਹਾਡਾ ਹੱਥ ਜਿਹਾ ਪਿਆ ਹੁੰਦਾ, ਤੁਸੀਂ ਕੰਮ ਕਰ ਰਹੇ ਹੁੰਦੇ, ਤੁਹਾਨੂੰ ਉਹਦਾ ਕੀ ਕਹਿੰਦੇ ਨੇ ਪ੍ਰੋਸੈਸ ਪਤਾ ਹੁੰਦਾ। ਇਹ ਪ੍ਰੋਸੈਸ ਜਦੋਂ ਟਾਈਮ ਦੀ ਗੱਲ ਆ, ਇੱਕ ਫਿਲਮ ਆ, ਦੂਜੀ ਤੀਜੀ ਤੱਕ ਜਿਹੜੇ ਉਹ ਉਹਨੂੰ ਵੀ ਹੱਥ ਪਾ ਲੈਣਾ, ਹਿਸਾਬ ਕਿਤਾਬ ਛੋਟਾ ਕੋਈ ਉਹ ਨਹੀਂ। ਪਰ ਜਿੰਨੇ ਸਾਡੇ ਭਰਾ ਬਾਹਰਲੇ ਮੁਲਕਾਂ 'ਚ ਨੇ, ਤੁਸੀਂ ਸਾਰੇ ਜਣੇ ਜ਼ਰੂਰ ਫਿਲਮ ਦੇਖਿਓ ਸਿੱਧੂ ਦੀ। ਹੁਣ ਬਹੁਤ ਬਹੁਤ ਵਿਸ਼ੇਸ ਮੇਰੇ ਭਰਾ ਨੂੰ। ਗੋਡ ਬਲੈਸ ਯੂ ਸਿੱਧੂ, ਲਵ ਯੂ।